ਹਾਂਜੀ ਦੋਸਤੋ ਮੈਂ ਤਾਂ Samsung ਮਠਾੜੂ ਦੇ ਨਾਲ ਪੰਜਾਬ نیوز ਚੈਨਲ ਦੇ ਆਜੇ ਸਵੇਰ ਦੀਆਂ ਖਬਰਾਂ ਦੇ ਵਿੱਚ ਤੁਹਾਡੇ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਨਾਲ ਹੀ ਗੱਲਬਾਤ ਕਰਾਂਗੇ ਭਾਰਤ ਦੇ ਪੰਜਾਬ ਸੂਬੇ ਦੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਦੀ ਤੇ ਖਬਰਾਂ ਨੂੰ ਸ਼ੁਰੂ ਕਰਦੇ ਬਲਕ ਵਾਰੀ ਨਜ਼ਰ ਮਾਰਦੇ ਹਾਂ ਚੌਣਵੀਂਆਂ ਖਬਰਾਂ ਤੇ ਪਹਿਲੀ ਚੌਣਵੀਂ ਖਬਰ ਹੈ ਜੀ ਕਿ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਖੁਦਕੁਸ਼ੀ ਮਗਰੋਂ ਜਥੇਬੰਦੀਆਂ ਦਾ ਵੱਡਾ ਐਲਾਨ ਰਿਟਾਇਰ ਮਲਾਜ਼ਮਾਂ ਲਈ ਖੁਸ਼ਖਬਰੀ ਸਰਕਾਰ ਨੇ 14 ਸਾਲ ਬਾਅਦ ਗ੍ਰੈਚੁਇਟੀ ਦੇਣ ਦਾ ਲਿਆ ਫੈਸਲਾ ਉੱਤਰ ਭਾਰਤ ਵਿੱਚ ਲਗਾਤਾਰ ਵੱਧ ਰਹੀ ਹੈ ਠੰਡ ਜਾਣੋਂ ਮੌਸਮ ਦੇ ਹਾਲਾਤ ਪੰਜਾਬ ਸਣੇ ਪੰਜ ਸੂਬਿਆਂ ਚ ਅਯੋਗ ਕਿਸਾਨਾਂ ਤੋਂ ਵਾਪਸ ਲੈ ਜਾਣ ਕੇ 1364 ਕਰੋੜ ਰੁਪਏ ਪੀਐਮ ਕਿਸਾਨ ਯੋਜਨਾ ਨਹੀਂ ਹੋਇਆ ਸੀ ਭੁਗਤਾਨ ਰੈਲੈਂਸ ਨੇ ਕਿਸਾਨਾਂ ਨਾਲ ਕੀਤੀ ਵੱਡੀ ਡੀਲ ਐਮਐਸਪੀ ਤੋਂ ਵੱਧ ਕੀਮਤ ਤੇ ਝੋਨੇ ਦੀ ਖਰੀਦ ਕਿਸਾਨ ਲੀਡਰ ਦਾ ਐਲਾਨ ਜੇ ਬੈਠਕ ਚ ਨਹੀਂ ਨਿਕਲੇ ਕੋਈ ਹੱਲਤਾ ਚੁੱਕਿਆ ਜਾਵੇਗਾ ਇੱਕ ਕਦਮ ਬਾਦਲ ਮਗਰੋਂ ਨਿਤੀਸ਼ ਦਾ ਬੀਜੇਪੀ ਤੋਂ ਮੋਹ ਪੰਗ ਮੀਟਿੰਗ ਚ ਲਾਏ ਵੱਡੇ ਇਲਜ਼ਾਮ ਕਿਸਾਨਾਂ ਨੇ ਕਿ ਰੈਡ ਡੈਪਟੀ ਸਪੀਕਰ ਪੀ ਐਸਓ ਦੀ ਘਟਮਰ ਵੀ ਕਿਸਾਨਾਂ ਤੇ ਕਤਲ ਦੀ ਕੋਸ਼ਿਸ਼ ਦਾ ਕੇਸ ਕਿਸਾਨਾਂ ਅੰਦੋਲਨ ਨੂੰ ਸ਼ਾਂਤ ਕਰਨ ਕਰਲੇ ਹੁਣ ਸਰਕਾਰ ਲਿਆਏਗੀ ਪਲਾਨ ਬੀ ਪੰਜਾਬ ਚ ਛੇਦੀ ਹੋਵੇਗੀ 1 ਲੱਖ ਅਉਦਿਆਂ ਦੀ ਭਾਰਤੀ ਦਿਵਿਆਂਗਾਂ ਨੂੰ ਮਿਲੇਗਾ 4 ਫੀਸਦੀ ਰਾਖਵਾਕਰਨ ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੇ ਬੱਚਿਆਂ ਨੂੰ ਆਸਟ੍ਰੇਲੀਆ 'ਚ ਮਿਲੇਗੀ ਮੁਫਤ ਸਿੱਖਿਆ ਕਿਸਾਨਾਂ ਨੇ ਪਟਿਆ ਸੀਐਮ ਖੱਤਰ ਦੀ ਰੈਲੀ ਦਾ ਟੈਂਟ ਮੰਤਰੀਆਂ ਦੇ ਬੈਠਣ ਦੀਆਂ ਕੁਰਸੀਆਂ ਤੱਕ ਤੋੜੀਆਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਨਵੀਂ ਸਾਜ਼ਿਸ਼ ਪੜਤਾਲ ਵਿੱਚ ਹੋਇਆ ਅਸਲ ਖੁਲਾਸਾ ਸੋਮਵਾਰ ਤੋਂ ਅਦਾਲਤਾਂ ਖੋਲਣ ਦੇ ਹੁਕਮਾਂ ਤੋਂ ਬਾਅਦ ਵਕੀਲਾਂ 'ਚ ਖੁਸ਼ੀ ਦੀ ਲਹਿਰ ਤਾ ਦੋਸਤੋ ਇਸੇ ਕੀ ਆਪਣੀਆਂ ਸਮੇਂ ਦੀਆਂ ਚੌਣਵੀਆਂ ਖਬਰਾਂ ਤੇ ਹੁਣ ਗੱਲਬਾਤ ਕਰਦੇ ਆਂ ਜੀ ਇਸ ਸਮੇਂ ਦੀ ਪਹਿਲੀ ਵੱਡੀ ਖਬਰ ਦੇ ਕਿਰਪਾ ਕਰਕੇ ਆਪਣੀਆਂ ਖਬਰਾਂ ਨੂੰ ਵਾਤ ਤੋਂ ਵਾਤ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤਾਂ ਜੋ ਜਿਹੜੀ ਆਪਣੀਆਂ ਖਬਰਾਂ ਸਾਰੇ ਦੋਸਤਾਂ ਮਤਲਬ ਤੱਕ ਪਹੁੰਚ ਸਕਣ ਇਸੇ ਨਾਲ ਹੀ ਆਪਣੀ ਪਹਿਲੀ ਖਬਰ ਹੈ ਕਿ ਸਿੰਘੂ ਬਾਰਡਰ ਤੇ ਕਿਸਾਨ ਦੀ ਖੁਦਕੁਸ਼ੀ ਮਗਰੋਂ ਜਥੇਬੰਦੀਆਂ ਦਾ ਵੱਡਾ ਐਲਾਨ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਸ਼ਰਧਾ ਸੰਘਰਸ਼ ਦਾ ਪੱਲਾ ਫੜਨ ਦੀ ਅਪੀਲ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਤਾ ਸਿੰਘ ਬੁਰਜਗਿੱਲ ਦੇ ਜਨਰਲ ਸਕੱਤਰ ਜਗਮਉਂ ਸਿੰਘ ਨੇ ਕਿਹਾ ਕਿ ਸੰਘਰਸ਼ਾਂ ਦੇ ਅਚੋਦਰਣ ਬੀਤੇ ਕੁਝ ਦਿਨਾਂ ਚ ਹੋਈਆਂ ਖੁਦਕੁਸ਼ੀਆਂ ਸਭ ਲਈ ਚਿੰਤਾ ਦਾ ਵਿਸ਼ਾ ਹੈ ਸੰਘਰਸ਼ ਇੱਕੋ ਇੱਕ ਹੱਲ ਹੈ ਤੇ ਸਾਡੇ ਸੰਘਰਸ਼ ਲੰਮੇ ਚੱਲ ਸਕਦੇ ਨੇ ਪਰ ਅਸੀਂ ਸਰਕਾਰ ਨੂੰ ਝੁਕਾਉਣ ਲਈ ਮਜਬੂਰ ਕਰ ਦਿਆਂਗੇ ਉਹਨਾਂ ਨੇ ਕਿਹਾ ਕਿ ਖੁਦਕੁਸ਼ੀ ਵਰਗਾ ਕਦਮ ਚੁੱਕਣਾ 부ਜਦਲੀ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਇਸ ਅੰਦੋਲਨ ਦੌਰਾਨ ਜਿਹੜੇ ਹੌਸਲੇ ਦਾ ਸਬੂਤ ਦਿੱਤਾ ਉਸ ਦੀ ਚਾਤ ਇਸ ਵੇਲੇ ਪੂਰੀ ਦੁਨੀਆ ਵਿੱਚ ਹੈ ਜੋ ਹਾਲਾਤ ਕਿਸਾਨਾਂ ਦੇ ਸਰਕਾਰਾਂ ਨੇ ਬਣਾਏ ਨੇ ਬਹੁਤ ਚਿੰਤਾਜਨਕ ਨੇ ਪਰ ਸਾਨੂੰ ਆਪਣੇ ਗੌਰਵ ਮੇ ਵਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ ਰਿਟਾਇਰ ਮਲਾਜਮਾਂ ਦੀ ਖੁਸ਼ਖਬਰੀ ਸਰਕਾਰ ਨੇ 14 ਸਾਲ ਬਾਅਦ ਗ੍ਰੈਚੂਇਟੀ ਦੇਣ ਦਾ ਲਿਆ ਫੈਸਲਾ ਹਿਮਾਚਲ ਪ੍ਰਦੇਸ਼ ਦੇ 5500 ਸੇਵਾ ਮੁਕਤ ਸਰਕਾਰੀ ਕਰਮਚਾਰੀਆਂ ਲਈ ਇੱਕ ਖੁਸ਼ਖਬਰੀ ਹੈ ਸਰਕਾਰ ਨੇ 15 ਮਈ 2003 ਅਤੇ ਸਤੰਬਰ 2017 ਦੇ ਵਿਚਕਾਰ ਰਟਾਇਰ ਨਵੀਂ ਪੈਨਸ਼ਨ ਸਕੀਮ ਨਾਲ ਜੁੜੇ ਕਰਮਚਾਰੀਆਂ ਦੀ ਡੈਥ ਐਂਡ ਰਟਾਇਰਮੈਂਟ ਗ੍ਰੈਚੁਇਟੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਲਾ ਪਹਿਲਾ ਹੀ ਸਤੰਬਰ 2017 ਤੋਂ ਬਾਅਦ ਕਰਮਚਾਰੀਆਂ ਨੂੰ ਦਿੱਤਾ ਜਾ ਰਿਹਾ ਹੈ ਤੇ ਹੁਣ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸੇਵਾਮੁਕਤ ਕਰਮਚਾਰੀਆਂ ਤੇ ਉਹਨਾਂ ਦੇ ਆਸ਼ਰਿਤਾਂ ਨੂੰ 10 ਲੱਖ ਰੁਪਏ ਦਾ ਵਾਅਦ ਤੋਂ ਵੱਧ ਲਾਭ ਮਿਲੇਗਾ ਉੱਤਰ ਭਾਰਤ ਵਿੱਚ ਲਗਾਤਾਰ ਵੱਧ ਰਹੀ ਹੈ ਠੰਡ ਜਾਣੂ ਮੌਸਮ ਦੇ ਤਾਜ਼ਾ ਹਾਲਾਤ ਉੱਤਰ ਭਾਰਤ ਵਿੱਚ ਠੰਡ ਦੇ ਮੌਸਮ ਜਾਰੀ ਹੈ ਤੇ ਮੌਸਮ ਵਿਭਾਗ ਅਨੁਸਾਰ ਉੱਤਰ ਪੱਛਮੀ ਭਾਰਤ ਵਿੱਚ ਅਗਲੇ 3-4 ਦਿਨਾਂ ਦੌਰਾਨ ਘੱਟੋ-ਘੱਟ ਤਾਪਮਨ 3 ਤੋਂ 5 ਡਿਗਰੀ ਸੈਲਸੀਅਸ ਘੱਟਣ ਦੀ ਸੰਭਾਵਨਾ ਜਿਸ ਕਾਰਨ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ 11 ਤੋਂ 13 ਜਨਵਰੀ ਤੱਕ ਠੰਡ ਦੀ ਲਹਿਰ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ ਤਾਮਨ ਵਿੱਚ ਗਿਰਾਵਟ ਦੇ ਨਾਲ ਪੰਜਾਬ ਹਰਿਆਣਾ ਅਤੇ ਉੱਤਰੀ ਰਾਜਸਥਾਨ ਵਿੱਚ ਸ਼ੀਤ ਦੀ ਲਹਿਰ ਸ਼ੁਰੂ ਹੋ ਸਕਦੀ ਹੈ ਜੋ ਅਗਲੇ 3-4 ਦਿਨਾਂ ਤੱਕ ਰਹੇਗੀ ਤੇ ਦੂਜੇ ਪਾਸੇ ਮਹਾਰਾਸ਼ਟਰ ਗੁਜਰਾਤ ਅਤੇ ਪਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਨੂੰ ਤੂਫਾਨ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪੰਜਾਬ ਸਰਨੇ ਪੰਜ ਸੂਬਿਆਂ ਚ ਅਯੋਗ ਕਿਸਾਨਾਂ ਤੋਂ ਵਾਪਸ ਲੈ ਜਾਣਗੇ 1364 ਕਰੋੜ ਰੁਪਏ ਪੀਐਮ ਕਿਸਾਨ ਯੋਜਨਾ ਦਾ ਹੀ ਹੋਇਆ ਸੀ ਭੁਗਤਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨਯੀ ਯੋਜਨਾ ਤਹਿਤ 20.48 ਲੱਖ ਅਯੋਗ ਲਾਭਪਾਤਰੀਆਂ ਨੂੰ 1364 ਕਰੋੜ ਰੁਪਏ ਅਦਾ ਕੀਤੇ ਗਏ ਨੇ ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਸੂਚਨਾ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ਵਿੱਚ ਦਿੱਤੀ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਨਾਲ ਸਾਲ 2019 ਵਿੱਚ ਕੇਂਦਰ ਸਰਕਾਰ ਦੁਆਰਾ ਆਰੰਭ ਕੀਤੀ ਗਈ ਸੀ ਇਸ ਤਹਤ ਛੋਟੇ ਕਿਸਾਨ ਜਾਂ ਜਿਨ੍ਹਾਂ ਕੋਲ 2 ਹਕਟੇਰ ਤੋਂ ਘੱਟ ਖੇਤੀਬਾੜੀ ਜ਼ਮੀਨ ਹੈ ਉਹ ਇੱਕ ਸਾਲ ਵਿੱਚ ਤਿੰਨ ਬਰਾਬਰ ਕਿਸ਼ਤਾਂ ਵਿੱਚ ਕੁੱਲ 6000 ਪ੍ਰਾਪਤ ਕਰਦੇ ਨੇ ਰੁਪਏ ਦੀ ਰਕਮ RTI ਦੀ ਅਰਜ਼ੀ ਦੇ ਜਵਾਬ ਵਿੱਚ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਕਿਹਾ ਕਿ ਅਯੋਗ ਲਾਭਪਾਤਰੀਆਂ ਦੀਆਂ ਦੋ ਸ਼੍ਰੇਣੀਆਂ ਦੀ ਪਛਾਣ ਕੀਤੀ ਗਈ ਹੈ ਪਹਿਲੀ ਸ਼੍ਰੇਣੀ ਗੈਰ ਯੋਗਤਾ ਪ੍ਰਾਪਤ ਕਿਸਾਨ ਅਤੇ ਦੂਜੀ ਸ਼੍ਰੇਣੀ ਆਮਦਨ ਟੈਕਸ ਵਾਲੇ ਕਿਸਾਨ ਇਨਾ ਤੁਹਾਨੂੰ ਜਿਹੜੇ ਮੋਦੀ ਸਰਕਾਰ 1364 ਕਰੋੜ ਰੁਪਏ ਵਾਪਸ ਲਵੇਗੀ ਰਿਲਾਇੰਸ ਨੇ ਕਿਸਾਨਾਂ ਨਾਲ ਕੀਤੀ ਵੱਡੀ ਡੀਲ ਐਮਐਸਪੀ ਤੋਂ ਵੱਧ ਕੀਮਤ ਤੇ ਝੋਨੇ ਦੀ ਖਰੀਦ ਪੰਜਾਬ ਦੇ ਕਿਸਾਨ ਦਿੱਲੀ ਸਰਹੱਦ ਤੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਉਸ ਸਮੇਂ ਕਰਨਾਟਕ ਵਿੱਚ ਏਪੀਐਮਸੀ ਐਕਟ ਵਿੱਚ ਸੁਧਾਰ ਤੋਂ ਬਾਅਦ ਉਹ ਵੱਡੀ ਕਾਰਪੋਰੇਟ ਕੰਪਨੀ ਦੇ ਕਿਸਾਨਾਂ ਦਰਮਿਆਨ ਇੱਕ ਸੌਦਾ ਹੋਇਆ ਰਿਲਾਇੰਸ ਰਿਟੇਲ ਲਿਮਟਿਡ ਦੇ ਰਾਏਚੂਰ ਜ਼ਿਲ੍ਹੇ ਦੇ ਸਿੱਧੂ ਸਿੰਧਨੂਰ ਤਾਲੁਕ ਦੇ ਕਿਸਾਨਾਂ ਤੋਂ 1000 ਕੁਇੰਟਲ ਸੋਨਾ ਸਸੂ ਮਸਰੀ ਝੋਨਾ ਖਰੀਦਨ ਦਾ ਸੌਦਾ ਕੀਤਾ ਗਿਆ ਟਾਈਮਜ਼ ਆਫ ਇੰਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਅਨੁਸਾਰ ਆਪਾਂ 2 ਹਫ਼ਤੇ ਪਹਿਲਾਂ ਰਿਲਾਇਸ ਨੇ ਰਜਿਸਟਰਡ ਏਜੰਟਾਂ ਦੇ ਸਵਸਥ ਫਾਰਮਾਸੀ ਪ੍ਰੋਡਕਟਿੰਗ ਕੰਪਨੀ ਐਸ ਐਫ ਪੀ ਸੀ ਨਾਲ ਸਮਝੌਤਾ ਕੀਤਾ ਸੀ ਪਹਿਲਾਂ ਸਿਰਫ ਤੇਲ ਵਾਲੀ ਕੰਪਨੀ ਨੇ ਹੁਣ ਝੋਨੇ ਦੀ ਖਰੀਦ ਉਤੇ ਵੀ ਵੇਚ ਵੀ ਸ਼ੁਰੂ ਕਰ ਦਿੱਤੀ ਹੈ ਕਿਸਾਨ ਲੀਡਰਾਂ ਦਾ ਐਲਾਨ ਜੇ ਬੈਠਕ ਵਿੱਚ ਨਹੀਂ ਨਿਕਲਿਆ ਕੋਈ ਹਲ ਤਾ ਚੁੱਕਿਆ ਜਾਵੇਗਾ ਇਹ ਕਦਮ ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂ ਅੰਦੋਲਨ ਨੂੰ ਤੇਜ਼ ਕਰਨ ਦੀ ਰਣਨੀਤੀ ਤੇ ਕੰਮ ਕਰ ਰਹੇ ਨੇ ਕਿਸਾਨੀ ਅੰਦੋਲਨ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਗਾਜੀਪੁਰ ਸਰਹੱਦ ਤੇ ਪਹੁੰਚੇ ਤੇ ਟ੍ਰੈਕਟਰ ਦੇ ਕਿਹਾ ਕਿ ਜੇਕਰ ਮੀਟਿੰਗ ਵਿੱਚ ਨਤੀਜੇ ਨਹੀਂ ਆ ਰਿਹਾ ਤਾਂ ਕਿਸਾਨ ਵੀ ਬੈਠੇ ਹੋਏ ਨੇ ਐਤਵਾਰ ਨੂੰ ਸਰਹੱਦ ਤੇ ਦੰਗਲ ਦਾ ਆਯੋਜਨ ਕੀਤਾ ਗਿਆ ਜਿਸ ਦਾ ਨਰੇਸ਼ ਟਿੱਕ ਨੇ ਵੀ ਦौरा ਕੀਤਾ ਇਸ ਦੌਰਾਨ ਉਹਨਾਂ ਕਿਹਾ ਕਿ ਸਰਕਾਰ ਨੇ ਇਸ ਅੰਦੋਲਨ ਨੂੰ ਇੰਨਾ ਵਧਾ ਦਿੱਤਾ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਨਹੀਂ ਹੋ ਸਕਦਾ ਅਸੀਂ ਚਾਹੁੰਦੇ ਹਾਂ ਕਿ ਫੈਸਲਾ ਹੋਵੇ ਪਰ ਸਰਕਾਰ ਵੀ ਇਹ ਚਾਹੇ ਉਹਨਾਂ ਕਿਹਾ ਕਿ ਜੇ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਕਿਸਾਨ ਵੀ ਬੈਠੇ ਨੇ ਬਾਦਲ ਮਗਰੋਂ ਨਿਤਿਸ਼ ਦਾ ਬੀਜੇਪੀ ਤੋਂ ਮੋਹ ਭੰਗ ਮੀਟਿੰਗ ਚ ਲਾਏ ਵੱਡੇ ਇਲਜ਼ਾਮ ਬਿਹਾਰ ਦੇ ਜੀਡੀਯੂ ਤੇ ਬੀਜੇਪੀ ਵਿੱਚ 파ਟੋ ਧੜ ਜੰਗ ਜाहिर ਹੋ ਰਹੀ ਹੈ ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਸ਼ਾਰਿਆਂ ਵਿੱਚ ਹੀ ਬੀਜੇਪੀ ਤੇ ਵੱਡਾ ਛਾਦੀ ਹਮਲਾ ਬੋਲੇ ਆਪਣੀ ਪਾਰਟੀ ਦੀ ਸੂਬਾ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਨਿਤਿਸ਼ ਕੁਮਾਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਹੀ ਉਹਨਾਂ ਨੂੰ ਸ਼ੱਕ ਹੋਇਆ ਸੀ ਕਿ ਉਹਨਾਂ ਨਾਲ ਗੜਬੜ ਕਰ ਦਿੱਤੀ ਗਈ ਹੈ ਇਹ ਸਭ ਉਸ ਵੇਲੇ ਹੋ ਰਿਹਾ ਸੀ ਜਦੋਂ ਕੁਝ ਸਮਾਂ ਪਹਿਲਾਂ ਹੀ ਐਨਡੀਏ ਦੇ ਸਭ ਤੋਂ ਵੱਡੇ ਪੈਰੋਕਾਰ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਤੋਂ ਆਪਣਾ ਰਾਹ ਵੱਖਰਾ ਕਰ ਲਿਆ ਸੀ ਤੇ ਨਿਤਿਸ਼ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੀ ਲੱਗ ਗਿਆ ਕਿ ਕੌਣ ਦੋਸਤ ਤੇ ਕੌਣ ਦੁਸ਼ਮਣ ਹੈ ਕੈਸੇ ਭਰੋਸਾ ਕਰਨ ਤੇ ਕੈਸੇ ਨਾ ਕਰਨ ਪਰ ਉਦੋਂ ਤੱਕ ਬਹੁਤ ਧੀਰ ਹੋ ਚੁੱਕੀ ਸੀ ਨਿਤਿਸ਼ ਨੇ ਕੱਲ ਫਿਰ ਦੁਹਰਾਇਆ ਕਿ ਉਹ ਬਿਹਾਰ ਵਿੱਚ ਐਨਆਰਸੀ ਲਾਗੂ ਨਹੀਂ ਹੋਣ ਦੇਣਗੇ ਕਿਸਾਨਾਂ ਨੇ ਘੇਰਿਆ ਡੈਪਟੀ ਸਪੀਕਰ ਪੀਐਸਓ ਦੀ ਕੁੱਟਮਾਰ ਵੀ ਕਿਸਾਨਾਂ ਤੇ ਕਤਲ ਦੀ ਕੋਸ਼ਿਸ਼ ਦਾ ਕੇਸ हरियाणा विधानसभा ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਨੂੰ ਕਿਸਾਨਾਂ ਨੇ ਭਾਰੀ ਵਿਰੋਧ ਅਤੇ ਨਾਅਰੇਬਾਜ਼ੀ ਦਾ ਸਾਹਮਣਾ ਕਰਨਾ ਪਿਆ ਪਿੰਡ ਆਰੀਆ ਨਗਰ ਦੇ ਬੱਸ ਸਟੈਂਡ ਪਹੁੰਚਦਿਆਂ ਹੀ ਉਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਤੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਡਿਪਟੀ ਸਪੀਕਰ ਦੀ ਕਾਰ ਅੱਗੇ ਖੜੇ ਹੋ ਗਏ ਤੇ ਨਾਅਰੇਬਾਜ਼ੀ ਕਰਦੇ ਕਿਸਾਨਾਂ ਨੇ ਉਹਨਾਂ ਨੂੰ ਕਾਲੇ ਝੰਡੇ ਵੀ ਵਿਖਾਏ ਇਸ ਦੌਰਾਨ ਡਿਪਟੀ ਸਪੀਕਰ ਦੀ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ ਹਾਸਲ ਜਾਣਕਾਰੀ ਮੁਤਾਬਕ ਜਦੋਂ ਡਿਪਟੀ ਸਪੀਕਰ ਦੇ ਪੀਐਸ ਸੰਦੀਪ ਈੜ ਨੂੰ ਹਟਾਉਣ ਲਈ ਕਾਰ ਵਿੱਚੋਂ ਨਿਕਲੇ ਤਾਂ ਉਹਨਾਂ ਨਾਲ ਵੀ ਕੁੱਟਮਾਰ ਹੋਈ ਅਤੇ ਇਸ ਦੌਰਾਨ ਡਿਪਟੀ ਸਪੀਕਰ ਦੇ ਸਮਰਥਕਾਂ ਬਰਦਰਸ਼ਕਾਰੀਆਂ 'ਚ ਝੜਪ ਵੀ ਹੋਈ ਤੇ ਦੋਹਾਂ ਧਿਰਾਂ ਨੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮਾਹੌਲ ਤਣਾਅਪੂਰਨ ਹੁੰਦਾ ਵੇਖ ਪੁਲਿਸ ਨੇ ਸਥਿਤੀ ਨੂੰ ਆਪਣੇ ਕਾਬੂ ਵਿੱਚ ਲਿਆ ਤੇ ਡੈਪਟੀ ਸਪੀਕਰ ਦੇ ਕਾਫਲੇ ਨੂੰ ਉਥੋਂ ਰਵਾਨਾ ਕਰ ਦਿੱਤਾ ਕਿਸਾਨਾਂ ਦੇ ਅੰਦੋਲਨ ਨੂੰ ਸ਼ਾਂਤ ਕਰਨ ਲਈ ਹੁਣ ਸਰਕਾਰ ਲਿਆਏਗੀ ਪਲਾਨ B ਜੀਹਾਂ ਦੋਸਤੋ ਕਿਸਾਨਾਂ ਨਾਲ ਗੱਲਬਾਤ ਲਗਾਤਾਰ ਬੇਸ਼ਟਾਰਨ ਮਗਰੋਂ ਕੇਂਦਰ ਸਰਕਾਰ ਤੈਨ ਖੇਤੀ ਕਾਨੂੰਨਾਂ ਦੇ ਵਿਰੋਧਤ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਉੱਤੇ 11 ਜਨਵਰੀ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੀ ਹੈ ਇਸ ਦੇ ਨਾਲ ਹੀ ਲੱਗ ਰਿਹਾ ਹੈ ਕਿ ਸਰਕਾਰ ਕੋਲ پلان ਵੀ ਤਿਆਰ ਹੈ ਤੇ ਸਰਕਾਰ ਹੁਣ ਨਵੀਂ ਰਣਨੀਤੀ ਤਹਿਤ ਕੰਮ ਕਰ ਰਹੀ ਹੈ ਤੇ ਸੂਤਰਾਂ ਅਨੁਸਾਰ ਜੇ 15 ਜਨਵਰੀ ਤੱਕ ਕੋਈ ਹੱਲ ਨਾ ਨਿਕਲਿਆ ਤਾਂ ਸਰਕਾਰ ਬਜਟ ਚਾਚੇ ਵਿੱਚ ਹਵਾ ਦੀ ਕੁਆਲਿਟੀ ਪ੍ਰਬੰਧਨ ਪ੍ਰਬੰਧਨ ਬਾਰੇ ਆਰਡੀਨੈਂਸ ਤੇ ਤਿੰਨ ਕਾਨੂੰਨਾਂ ਵਿੱਚ ਸੋਧ ਲਿਆਉਣ ਬਾਰੇ ਵਿਚਾਰ ਕਰ ਸਕਦੀ ਹੈ ਤੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਤੈਅ ਹੈ ਕਿ ਤਿੰਨ ਖੇਤੀ ਕਰੂਨਾ ਨੂੰ ਰੱਦ ਨਹੀਂ ਕੀਤਾ ਜਾਵੇਗਾ ਦੱਸਦੇ ਕਿ ਅੰਦੋਲਨ ਅਣਚਾਹੀ ਸਥਿਤੀ ਹੈ ਪਰ ਸਰਕਾਰ ਦਾ ਮੰਨਣਾ ਹੈ ਕਿ ਉਹ ਇਸ 'ਤੇ ਕਾਬੂ ਪਾਉਂਦੇ ਯੋਗ ਹੈ ਸਰਕਾਰ ਦਾ ਮੰਨਣਾ ਹੈ ਕਿ ਜੇ ਕਾਨੂੰਨਾਂ ਵਿੱਚ ਸੋਧ ਕੀਤੀ ਜਾਂਦੀ ਹੈ ਤਾਂ ਇਹ ਕਿਸਾਨਾਂ ਪ੍ਰਤੀ ਭਾਇ ਭ ਦੇ ਇਰਾਦੇ ਦਾ ਸਬੂਤ ਹੋਵੇਗਾ ਤੇ ਸਰਕਾਰ ਖੇਤੀ ਕਰੂਨਾ ਵਿੱਚ ਵਿਚਾਰ ਵਟਾਂਦਰਾ ਦੀ ਤਬਦੀਲੀਆਂ ਕਰਨ ਲਈ 10 ਮੈਂਬਰੀ ਪੈਨਲ ਬਣਾਉਣ ਲਈ ਵੀ ਤਿਆਰ ਹੈ ਪੰਜਾਬ ਵਿੱਚ ਛੇਤੀ ਹੋਵੇਗੀ 1 ਲੱਖ ਆਉਦਿਆਂ ਦੀ ਭਾਰਤੀ ਦਿਵਿਆਂਗਾਂ ਨੂੰ ਮਿਲੇਗਾ 4% ਦੀ ਰਾਖਵਾ ਕਰਨਾ ਪੰਜਾਬ ਸਮਾਜਿਕ ਸੁਰੱਖਿਆ ਤੇ ਔਰਤਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਸਪਸ਼ਟ ਕੀਤਾ ਕਿ ਸਮਾਜਿਕ ਸੁਰੱਖਿਆ ਵਿਭਾਗਾਂ ਦੀਆਂ ਵਕ ਵਕ ਖਾਲੀ ਅਸਾਮੀਆਂ ਜਲਦੀ ਹੀ ਘਰ ਘਰ ਜਾ ਕੇ ਰੋਜ਼ਗਾਰ ਮਿਸ਼ਨ ਤਹਿਤ ਭਰੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਦਿਵਿਆਂਗਾਂ ਲਈ ਸਰਕਾਰ ਨੌਕਰੀਆਂ ਵਿੱਚ 4% ਰਾਖਵਾਂਕਰਨ ਰੱਖਿਆ ਗਿਆ ਤੇ ਹੁਣ ਸਰਕਾਰ ਨੇ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਵਿੱਚ ਦਿਵਿਆਂਗਾਂ ਨੂੰ ਲਗਭਗ 4000 ਨੌਕਰੀਆਂ ਦਿੱਤੀਆਂ ਜਾਣਗੀਆਂ ਚੌਧਰੀ ਨੇ ਕਿਹਾ ਕਿ ਰਾ ਸਰਕਾਰ ਜਲਦੀ ਹੀ ਜਨਤਕ ਖੇਤਰਾ ਵਿੱਚ 1 ਲੱਖ ਨੌਕਰੀਆਂ ਮੁਹੱਈਆ ਕਰਵਾਏਗੀ ਜਿਸ ਵਿੱਚ ਔਰਤਾ ਲਈ 33% ਰਾਖਵਾਂਕਰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ ਕਿਸਾਨ ਸੰਘਾਸ਼ ਦੇ ਸ਼ਹੀਦਾਂ ਦੇ ਬੱਚਿਆਂ ਨੂੰ ਆਸਟ੍ਰੇਲੀਆ 'ਚ ਮਿਲੇਗੀ ਮੁਫਤ ਸਿੱਖਿਆ ਭਾਰਤ ਸਰਕਾਰ ਦੁਆਰਾ ਲਿਆਂਦੇ ਗਏ ਖੇਤੀ ਸਬੰਧੀ ਤਿੰਨ ਕਾਨੂੰਨਾਂ 'ਚ ਹਰ ਪਾਸੇ ਵਿਰੋਧ ਹੋ ਰਿਹਾ ਹੈ। ਇਹ ਸੰਘਰਸ਼ ਜੋ ਪੰਜਾਬ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਇਸ ਦੀ ਗੂੰਜ ਵਿਦੇਸ਼ ਵਿੱਚ ਜਾ ਕੇ ਵੀ ਸੁਣਾਈ ਦੇ ਰਹੀ ਹੈ। ਇਸ ਸੰਘਰਸ਼ ਵਿੱਚ ਦਾਨੀ ਸਜਨ ਦਿਲ ਖੋਲ ਕੇ ਆਪਣਾ ਯੋਗਦਾਨ ਪਾ ਰਹੇ ਨੇ। ਇਸ ਕੜੀ ਤਹਿਤ ਆਸਟ੍ਰੇਲੀਆ ਦੇ ਕੁਇਨਜ਼ਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਦੇ ਅਮਰੀਕਨ ਕਾਲਜ ਦੇ ਡਾਇਰੈਕਟਰ ਡਾਕਟਰ ਬਰਨार्ड ਮਾਲਿਕ ਨੇ ਇੱਕ ਬਹੁਤ ਹੀ ਅਹਿਮ ਐਲਾਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਸੰਘਾਸ਼ ਵਿੱਚ ਸ਼ਹੀਦ ਪਰਿਵਾਰ ਦੇ ਬੱਚਿਆਂ ਨੂੰ ਉਹ ਬਿਲਕੁਲ ਮੁਫਤ ਸਿੱਖਿਆ ਪ੍ਰਦਾਨ ਕਰਨਗੇ। ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਦੇ ਕਾਲਜ ਵਿੱਚ ਬਿਜ਼ਨਸ, ਕਮਰਸ਼ੀਅਲ ਕੁਕਰੀ, ਲੀਡਰਸ਼ਿਪ ਅਤੇ ਆਟੋਮੇਟਿਵ ਦੀ ਪੜ੍ਹਾਈ ਕਰਾਈ ਜਾਂਦੀ ਹੈ। ਇਹਨਾਂ ਕਿਹਾ ਤਮੁਖੀ ਕੋਰਸਾਂ ਵਿੱਚ ਸ਼ਹੀਦ ਪਰਿਵਾਰਾਂ ਦੇ ਬੱਚੇ ਨੂੰ ਮੁਫਤ ਪੜ੍ਹਾਈ ਦਿੱਤੀ ਜਾਵੇਗੀ ਤੇ ਡਾਕਟਰ ਬਰਨार्ड ਮਾਲਿਕ ਨੇ ਇਸ ਸੇ ਸੰਯੋਗ ਦੇ ਹਰ ਪਾਸੇ ਲਗਾ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਪਟਿਆ ਸੀਐਮ ਖੱਟੜ ਦੀ ਰੈਲੀ ਦਾ ਟੈਂਟ ਮੰਤਰੀਆਂ ਦੇ ਬੈਠਣ ਦੀਆਂ ਕੁਰਸੀਆਂ ਤੱਕ ਤੋੜੀਆਂ ਖੇਤੀਕਰਨ ਦਾ ਵਿਰੋਧ ਕਰੇ ਕਿਸਾਨਾਂ ਨੇ ਕੱਲ ਹਰਿਆਣਾ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਦਰਸਲ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਜਿਹੜੇ ਦੇ ਕੈਮਲਾ ਪਿੰਡ ਵਿੱਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨ ਵਾਲੇ ਸਨ ਇਸ ਤੋਂ ਪਹਿਲਾਂ ਪੁਲਿਸ ਨੇ ਕੈਮਲਾ ਪਿੰਡ ਵੱਲ ਕਿਸਾਨਾਂ ਦੇ ਮਾਚ ਨੂੰ ਰੋਕਣ ਲਈ ਉਹਨਾਂ ਤੇ ਜਲਤੋਪਾ ਤੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪ੍ਰਦਰਸ਼ਨਕਾਰੀ ਕਿਸਾਨ ਪ੍ਰੋਗਰਾਮ ਵਾਲੀ ਥਾਂ ਤੇ ਪਹੁੰਚ ਗਏ ਅਤੇ ਕਿਸਾਨ ਮਹਾਪੰਚਾਇਤ ਪ੍ਰੋਗਰਾਮ ਵਿੱਚ ਵਿਘਨ ਪਾਉਣ ਵੀ ਪਹੁੰਚ ਗਏ ਅਤੇ ਉਹਨਾਂ ਨੇ ਮਾਚ ਨੂੰ ਤੋੜ ਦਿੱਤਾ ਇਸ ਤੋਂ ਇਲਾਵਾ ਮੰਤਰੀਆਂ ਦੇ ਬੈਠਣ ਵਾਲੀਆਂ ਕੁਰਸੀਆਂ ਮੇਜ਼ ਅਤੇ ਗਮਲੇ ਤੋੜ ਦਿੱਤੇ ਅਤੇ ਕਿਸਾਨਾਂ ਨੇ ਸਥਾਈ ਹੈਲੀਪੈਡ ਤੇ ਕੰਟਰੋਲ ਵੀ ਆਪਣੇ ਹੱਥ ਵਿੱਚ ਲੈ ਲਿਆ ਜਿੱਥੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਨਾ ਸੀ ਪਾਇਪਾ ਨੇਤਾ ਰਮਨ ਮਾਲਿਕ ਨੇ ਦੱਸਿਆ ਕਿ ਭਾਰਤੀ ਕਿਸਾਨੀ ਉਨੇ ਗੁਰੂ ਆਗੂ ਗੁਰਨਾਮ ਸਿੰਘ ਚੜੋਨੀ ਦੇ ਕਹਿਣ ਤੇ ਕਿਸਾਨਾਂ ਦੇ ਹੜਦੁੰਗ ਮਚਾਉਣ ਕਾਰਨ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਪੁਲਿਸ ਨੇ ਪਿੰਡ ਵਿੱਚ ਮੁੱਖ ਮੰਤਰੀ ਦੀ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧ ਕੀਤੇ ਸਨ ਇਸ ਪਿੰਡ ਵਿੱਚ ਖੱਟੜ ਲੋਕਾਂ ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣ ਵਾਲੇ ਸਨ ਤੇ ਭਾਰਤੀ ਕਿਸਾਨੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਕਿਸਾਨ ਮਹਾਪੰਚਾਇਤ ਦਾ ਵਿਰੋਧ ਕਰਨਗੇ ਤੇ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਕਿਸਾਨ ਅੰਦੋਲਨ ਨੂੰ ਬਦਲਾਮ ਕਰਨ ਦੀ ਨਵੀਂ ਸਾਜ਼ਿਸ਼ ਪੜਤਾਲ ਵਿੱਚ ਹੋਇਆ ਅਸਲ ਖੁਲਾਸਾ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਇਹਨਾਂ ਦੇ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ 'ਚ ਹਿੰਦੀ ਭਾਸ਼ਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦਰਅਸਲ ਤਸਵੀਰਾਂ 'ਚ ਸ਼ਾਰਕਾਂ ਤੇ ਥਾਂ ਤੇ ਦੂਸਰੀ ਦਸ਼ ਦੂਰੀ ਦਰਸ਼ਨ ਲਈ ਇਸਤੇਮਾਲ ਹੋਣ ਵਾਲੇ ਹਰੇ ਰੰਗ ਦੇ ਸਾਈਨ ਬੋਰਡ ਨਜ਼ਰ ਆ ਰਹੇ ਨੇ ਇਹਨਾਂ ਸਾਈਨ ਬੋਰਡਾਂ ਤੇ ਲੋਕਾਂ ਨੂੰ ਪੰਜਾਬੀ ਛੱਡ ਹੋਰ ਭਾਸ਼ਾਵਾਂ ਵਿੱਚ ਲਿਖੀ ਸੂਚੀ ਦੇ ਕਾਲਖ ਲਿਖਾਉਂਦੇ ਆ ਦੇਖਿਆ ਜਾ ਸਕਦਾ ਹੈ ਸੋਸ਼ਲ ਮੀਡੀਆ ਤੇ ਯੂਜ਼ਰ ਸੇ ਨਾ ਤਸਵੀਰਾਂ ਨੂੰ ਸ਼ੇਅਰ ਕਰਦੇ ਆ ਕੈਪਸ਼ਨ ਲਿਖ ਰਹੇ ਨੇ ਕਿ ਜਿਵੇਂ ਦਿਨ ਬੀਤ ਰਹੇ ਨਹੀਂ ਓਵੇਂ ਹੀ ਕਿਸਾਨ ਅੰਦੋਲਨ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਤੇ ਟਾਵਰ ਤੋੜਨ ਤੋਂ ਬਾਅਦ ਹੁਣ ਪੰਜਾਬ ਵਿੱਚ ਹਿੰਦੀ ਨਹੀਂ ਚਲੇਗੀ ਪੋਸਟ ਵਿੱਚ ਦਾਵਾ ਕੀਤਾ ਗਿਆ ਦਾਵਾ ਗੁੰਮਰਾਹ ਕਰਨ ਵਾਲਾ ਹੈ ਤੇ ਤਸਵੀਰਾਂ 2017 ਦੀਆਂ ਨੇ ਜਦੋਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਕੱਟੜ ਸਿੱਖ ਜਥੇਬੰਦੀਆਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਸਾਈਨ ਬੋਰਡ ਤੇ ਕਲਖ ਥੋਪ ਦਿੱਤੀ ਸੀ ਤੇ ਜਥੇਬੰਦੀਆਂ ਦੀ ਮੰਗ ਸੀ ਕਿ ਪੰਜਾਬ ਨੂੰ ਪਹਿਲ ਮਿਲੇ ਤੇ ਬੋਰਡ ਦੇ ਪੰਜਾਬੀ ਸੱਭ ਤੋਂ ਉੱਪਰ ਲਿਖੀ ਜਾਵੇ ਸੋਮਵਾਰ ਤੋਂ ਅਦਾਲਤਾਂ ਖੋਲਣ ਦੇ ਹੁਕਮਾਂ ਤੋਂ ਬਾਅਦ ਵਕੀਲਾਂ ਵਿੱਚ ਖੁਸ਼ੀ ਦੀ ਲਹਿਜ ਹੈ ਜੀ ਹਾਂ ਦੋਸਤੋ 코로나 ਕਾਲ ਦੇ ਕਰੀਬ 10 ਮਹੀਨਿਆਂ ਤੋਂ ਬਾਅਦ ਜਲਾ ਕਚੈਰੀ ਅੰਮ੍ਰਿਤਸਰ ਦੀਆਂ ਸਾਰੀਆਂ 34 ਅਦਾਲਤਾਂ ਸੋਮਵਾਰ ਨੂੰ ਖੋਲ੍ਹ ਦਿੱਤੀਆਂ ਜਾਣਗੀਆਂ ਇਸ ਦੇ ਬਾਰੇ ਜਾਣ ਕੇ ਦਿੰਦੇ ਹੋਏ ਸਕੱਤਰ ਇੰਦਰਜੀਤ ਸਿੰਘ ਅੜੀ ਅਤੇ ਰਾਜਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਅਦਾਲਤਾਂ ਖੋਲਣ ਦੇ ਨਾਲ 1800 ਵਕੀਲਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਤੇ ਦੋਸਤੋ ਇਸsing ਕੀ ਆਪਣੀ ਅਸਮੇਂ ਦੀਆਂ ਵਡੀਆਂ ਖਬਰਾਂ ਇਸੇ ਨਾਲ ਹੀ ਆਪਣੀਆਂ ਖਬਰਾਂ ਖਤਮ ਹੁੰਦੀਆਂ ਨੇ ਤੇ ਤੁਸੀਂ ਆਪਣੀ ਜਿਹੜੀ ਕੋਈ ਵੀ رائے ਹੈ ਸਾਨੂੰ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਤੇ ਅਸੀਂ ਮਿਲਾਂਗੇ ਤੁਹਾਡੇ ਲਈ ਅਗਲੇ ਦਿਨ ਦੀਆਂ ਨਵੀਆਂ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ